ਚੱਲ ਪੁੱਤ ਵਧਾਈਆਂ ਤੈਨੂੰ, ਵਧੀਆ ਹੋਇਆ ਥਾਂ ਨਾ ਹੋ ਗਿਆ। ਵਧੀਆ ਹੋ ਗਿਆ, ਕੰਮ ਸੋਹਣਾ ਹੋ ਗਿਆ ਬੇਬੇ ਕਿ ਨਹੀਂ? ਤੇ ਹੋਰ, ਬਸ 5-7 ਦਿਨਾਂ ਚੜ ਜੂ ਆਪਣੇ ਨਾ ਇੰਤਕਾਲ ਵਿਰਾਸਤ। ਚੱਲ ਠੀਕ ਹੈ ਪੁੱਤ, ਉਹ ਤਾਂ ਕੋਈ ਨਾ ਚੜ ਹੀ ਜਾਊ, ਤੇ ਕੈ ਮਰ ਲਿਆ 13-14 ਮਰ ਲਿਆ। ਚੱਲ ਠੀਕ ਹੈ, ਚੱਲ ਵਧੀਆ ਹੈ। ਤੇ ਹੋਰ ਕਨਾਲ ਤੋਂ ਥੋੜੇ ਘੱਟਾ 5-4 ਮਰ ਲਈ। ਚੱਲ ਪੁੱਤ, ਆਪਾਂ ਤਾਂ ਜੇ ਇੰਨਾ ਇੰਨਾ ਦੇ ਦਿੰਦੇ ਉਹ ਵੀ ਮੁੱਕਦਾ ਨਹੀਂ ਸੀ। ਬਾਕੀ ਦੂਜੀ ਗੱਲ ਐਂ ਵੀ ਹੈ ਨਾ, ਇਹ ਜਗ੍ਹਾ ਵੀ ਕਮੇਟੀ 'ਚ ਆਉਂਦੀ ਆ, ਦਿਨੋਂ ਦਿਨ ਇਹਦੀ ਕੀਮਤ ਵੱਧਦੀ ਤੁਰੀ ਜਾਂਦੀ ਆ। ਜੇ ਆਪਾਂ ਨੂੰ ਕਿਤੇ ਲੋੜ ਆੜੇ ਥੋੜ੍ਹੇ ਆਪਾਂ ਕੱਢ ਸਕਦੇ ਹਾਂ ਕੰਡਾ ਕੋਈ। ਲੈ ਦੱਸ, ਹੈ ਲੈ ਕਮਲਾ, ਆਪਾਂ ਤਾਂ ਮਸਾ ਕੋਈ ਸਿਰ ਢੋਕਣਾ ਮਿਲਿਆ। ਓਏ ਉਹ ਤਾਂ ਠੀਕ ਆ, ਤੇਰੀ ਗੱਲ ਮੈਂ ਸਮਝਦਾ ਹਾਂ, ਜੇ ਆਸੇ ਪਾਸੇ ਆਪਾਂ ਨੂੰ ਸਸਤਾ ਮਿਲਦਾ ਹੋਵੇ ਕਿਤੇ ਭੜਕਾ ਦਿਆਂਗੇ, ਫਿਰ ਕੀ ਆ ਵਿਆਹ ਵਿਆਹ ਦੇ ਪੈਸੇ ਨਿਕਲ ਆਉਣਗੇ। ਚੰਦਰਿਆ ਇਹੋ ਜਿਹੀ ਸੋਚ ਨਾ ਸੋਚ, ਇਹ ਨਹੀਂ ਵੇਚਣਾ ਆਪਾਂ। ਲੈ ਅਗਲੇ ਕਹਿਣਗੇ ਇਸ ਤਾਂ ਨਾ ਕਰਾਇਆ, ਆਪ ਵੇਚਣ ਦੀਆਂ ਗੱਲਾਂ ਕਰੀ ਜਾਂਦੇ ਨੇ। ਓਏ ਤਾਂ ਉਹ ਜੇ ਗੱਲ ਕੀਤੀ ਆ, ਇੱਕ ਮੈਂ ਕਿਹੜਾ ਵੇਚੀ ਜਾਂਦਾ ਗਾ, ਹਜੇ ਨਾ ਤਾਂ ਹੋਇਆ ਨਹੀਂ ਪ੍ਰੋਪਰ। ਨਹੀਂ ਬਸ ਕੁਝ ਨਹੀਂ ਕਰਨਾ, ਇਸੇ ਨੂੰ ਸਮਾਰ ਲਾਂਗੇ। ਬਾਲਾ ਕਰਦਾ ਕੇਰਾ ਹੁਣ ਰੰਗ ਜਿਹਾ ਕਰ ਲਿਆ, ਜਿਹੜਾ ਸਿਮੈਂਟ ਜਲਿਆ ਇਹ ਕਰਦੀ, ਤੇ ਮਿਸਤਰੀ ਲਾਉਣਾ ਪਊਗਾ। ਜਿਵੇਂ ਆ ਹੁਣ ਬਾਦਰਾ ਜਾ ਦੇਖ ਕਿਹੜੇ ਪੱਟ ਹੈ ਖੜਾ, ਇਹ ਆਏ ਨਹੀਂ ਪਤਾ ਕਿਹੜੇ ਵੇਲੇ ਸਿਰ ਚੜਕ ਪਏ। ਤੂੰ ਬਾਲੀ ਕਾਲੀ ਵੀ ਨਾ ਕਰ, ਦੋ ਤਿੰਨ ਤਨਖਾਹਾਂ ਤੇਰੀਆਂ ਇਕੱਠੀਆਂ ਕਰ ਲੈ, ਫੇਰ ਕੰਮ ਛੇੜੀ। ਉਹ ਤਨਖਾਹਾਂ ਨਾਲ ਤਾਂ ਕੀ ਹੋਣਾ ਬੇਬੇ, ਹੁਣ ਆਇਆ ਨਾ ਇਹ ਜਗ੍ਹਾ ਜਦੋਂ ਆਪਣੇ ਨਾਂ ਹੋ ਗਈ ਤੇ ਹੋਮ ਲੋਨ ਵੀ ਹੋ ਜਾਊਗਾ, ਇਹਤੇ ਆਪਾਂ ਲੈ ਕੇ 8-10 ਲੱਖ ਰੁਪਇਆ, ਜੇ ਪਾਉਣਾ ਵੀ ਹੋਇਆ ਨਵਾਂ ਪਾ ਦਿਆਂਗੇ ਕੋਈ ਨਹੀਂ। ਕਮਲਿਆ ਜਿਹੜਾ ਲੋਨ ਲੈ ਲੈਣੇ, ਇਹ ਤਾਂ ਉੱਤਰਦਾ ਹੀ ਨਹੀਂ ਕਰਜ਼ਾ ਲਾਉਣ ਦਾ ਤਾਂ। ਉਹ ਫਿਰ ਹੁਣ 20,000 ਨਾਲ ਕਿਉਂ ਕਿਰਾਏ ਵਾਲੀ ਲੈ ਜਾਣਗੇ, 20,000 ਤਾਂ ਪਹਾੜ ਪੁਰਟੇ ਵਾਲੇ। ਲੈ ਦੱਸ, ਕੋਈ ਨਾ ਆਪਾਂ ਹੌਲੀ ਹੌਲੀ ਕਰਾ ਲਾਂਗੇ, ਆਪਾਂ ਨੂੰ ਕਿਹੜਾ ਕੋਈ ਜ਼ਰੂਰੀ ਹੈ ਵੀ ਆਪਾਂ ਲੋਨ ਚੱਕ ਕੇ ਕੰਮ ਕਰਾਉਣਾ। ਘੱਟ ਰੁਪਈਆਂ ਦਾ ਲੈ ਲਾਂਗੇ, ਨਾਲੇ ਹੁਣ ਮੇਰੇ ਵਿਆਹ ਤੇ ਵੀ ਲੱਗਣਗੇ ਰੁਪਏ, ਤਾਂ ਚਾਹੀਦੀ ਆ 2-3 ਲੱਖ ਤਾਂ। ਕੋਈ ਗੱਲ ਨਹੀਂ, ਮੈਂ ਤੇਰੀ ਆਂਟੀ ਨੂੰ ਕਹਿਣੀ ਹੈ ਵੀ ਕੋਈ ਕੁੜੀ ਭਾਲ। ਹੁਣ ਆਂਟੀ ਤਾਂ ਨਹੀਂ ਸਾਰਾ ਕੁਝ ਕਰੀ ਜਾਊਗਾ, ਸਾਹਿਬ ਨੂੰ ਵੀ ਖਿੱਚਲਾ ਕਰਨੀ ਪਊ ਮਾੜੀ ਮੁੱਟੀ। ਕੋਈ ਕੁੜੀ ਤੇਰੇ ਨਿਗਾਹ 'ਚ ਹੈਗੀ ਆ ਤਾਂ ਕਹਿਣਾ। ਮੇਰੇ ਨਿਗਾਹ 'ਚ ਕਿਹੜੀ ਆ, ਸਕਿਉਰਟੀ 'ਚ ਬੇਬੇ, ਉੱਥੇ ਉਹੀ ਜਵਾਕਾਂ ਵਾਲੀ ਗੱਲ, ਤੇਰੀ ਮਾਂ ਕੀ ਦੱਸਗਾ, ਭਾਵੇਂ ਨਾ ਜੀਤ ਰੁੜਦੀ ਰਹਿਣਾ ਨਾ। ਫਿਰ ਤੂੰ ਕਹਿਣਾ ਨਾ ਕਿ ਆਪ ਨੂੰ ਖਿੱਚਲਾ ਕਰਨੀ ਪਊ, ਆਪ ਤਾਂ ਫਿਰ ਤਾਂ ਹੀ ਕਹਿੰਦੇ ਹੁੰਦੇ ਆ ਭਾਈ ਵੀ ਮੇਰੀ ਨਿਗਾਹ 'ਚ ਹੈਗੀ ਆ। ਉਹ ਵੀ ਵਿਚੋਲਾ ਹੁੰਦਾ ਗਾ, ਕਰਾਂਦਾ ਹੁੰਦਾ ਗਾ, ਹੁਣ ਐਂ ਤਾਂ ਨਹੀਂ ਇਹਨਾਂ ਦੀ ਦਾਵ ਦੀ ਜਿਹੜੀਆਂ ਵਿਚਾਰਿਆਂ ਤੇ, ਇਹ ਕਹਿਣਗੇ ਫਿਰ ਤਾਂ ਅਸੀਂ ਹੋ ਗਏ, ਭਾਵੇਂ ਦਰਿਆ ਦੀ ਕਬੀਲਦਾਰੀ ਛੱਡ ਦਿੰਦੇ ਹਾਂ, ਤੁਹਾਡੇ ਜੋਗੀ ਰਹਿ ਗਏ। ਕੁਛ ਨਹੀਂ ਹੁੰਦਾ ਭਾਈ, ਜੇ ਤੇਰੀ ਨਿਗਾਹ 'ਚ ਵਿਚੋਲਾ ਹੈਗਾ ਤੂੰ ਕਹਿ ਦੇ, ਮੈਂ ਤਾਂ ਇਸੇ ਨੂੰ ਕਹੂੰਗੀ। ਹੈਗਾ ਮੁੰਡਾ ਇੱਕ, ਮੈਂ ਕਰਦਾ, ਚਲ ਉਹਦੇ ਨਾਲ ਗੱਲ ਕਰਾਂ, ਮਾੜਾ ਨਾਂ ਹੁੰਦੇ ਥਾਂ ਆਪਣੇ ਕਿਹੜਾ ਨੰਬਰਾਂ 'ਚ ਬੋਲਣ ਦੇ। ਚੱਲ ਕੋਈ ਨਾ, ਇਹ ਤਾਂ ਨਾਂ ਹੋ ਹੀ ਗਿਆ ਸਮਝ ਲੈ, ਜਦੋਂ ਅਗਲੇ ਕਰਾਇਆ ਏ ਤੇ ਨਾਲੇ ਦੂਜੀ ਗੱਲ ਸੁਣ, ਮਨਿੰਦਰ ਨੂੰ ਮੈਂ ਕਿਹਾ ਸੀ ਉਹ ਵੀ ਲਾਡੀ ਫਾਈਲ ਲਾਉਣ ਗਿਆ ਉਹਦੀ। ਅੱਛਾ, ਫੋਨ ਤੇ ਗੱਲ ਕਰੀ ਸੀ? ਹਾਂ ਫੋਨ ਤੇ ਗੱਲ ਕਰੀ ਸੀ। ਚੱਲ ਵਾਹਿਗੁਰੂ ਮਿਹਰ ਕਰੇ, ਵੀ ਵਧੀਆ ਸੋਹਣਾ ਹੋ ਗਿਆ ਕੰਮ। ਹੋਰ ਮੈਂ ਕਿਹਾ ਦੋਨੇ ਕੰਮ ਹੋ ਗਏ, ਦੇਖ ਲੈ ਉਹਦਾ ਵਿਚਾਰੀ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਜੇ, ਚੱਲ ਆਪਾਂ ਹੋਰ ਤੇ ਕਹਿੰਦੀ ਮੰਮੀ ਗਿਆ ਹੋਇਆ ਬਠਿੰਡੇ, ਕਹਿੰਦੀ ਹਜੇ ਆਇਆ ਨਹੀਂ। ਮੈਂ ਤੂੰ ਦੱਸ ਦੀ ਮਾੜਾ ਜਿਹਾ ਜਦੋਂ ਆ ਗਿਆ, ਉਹ ਤਾਂ ਹੋ ਹੀ ਜਾਊਗਾ ਕੰਮ ਜਦੋਂ ਇੱਕ ਨੰਬਰ 'ਚ ਹੋ ਜਾਊਗਾ। ਤੇ ਮੈਂ ਆ ਵੀ ਦੱਸਦਾ ਸੀ, ਮੈਂ ਕਿਹਾ ਕਾਲਾ ਥਾਂ ਨਾਮ ਕਰਾਉਣ ਗਿਆ ਹੋਇਆ। ਤੇ ਕਹਿੰਦੀ ਚੱਲ ਵਧੀਆ ਹੋ ਗਿਆ, ਕਹਿੰਦੀ ਮੈਨੂੰ ਤਾਂ ਕਹਿੰਦੀ ਵੀਰੇ ਦਾ ਹੀ ਫਿਕਰ ਰਹਿੰਦਾ ਸੀ। ਮੈਂ ਤੂੰ ਕਿੰਨਾ ਕਰਦੀ ਸੀ ਵੀ ਮੈਂ ਤਾਂ ਵਿਆਹ ਫੇਰ ਕਰਾਊਂ, ਪਹਿਲਾਂ ਵੀਰੇ ਦਾ ਕੁਛ ਬਣਾ ਦਾ। ਮੈਂ ਕਿਹਾ ਦੇਖ ਲੈ ਜਦੋਂ ਪਰਮਾਤਮਾ ਬਣਾਉਂਦਾ ਉਹਦੀ ਬਣਾਉਂਦਾ। ਇਹ ਤਾਂ ਹੈ, ਜਿਹੜਾ ਕੁਛ ਕਰਮਾਂ 'ਚ ਲਿਖਿਆ ਵਾ ਉਹਦਾ ਮੋਹਰ ਲੱਗੀ ਵੀ ਆ, A to Z ਮਿਲੂ ਮਿਲੂ। ਚੱਲ ਪੁੱਤ, ਆਪਾਂ ਪਿੰਡ 'ਚ ਇੱਥੇ ਪੈਰ ਪਾਉਣਾ ਸੀ ਤਾਂ ਆਪਣਾ ਸਭ ਕੁਛ ਬਣਨਾ ਸੀ। ਹਾਂ ਬਸ, ਨਹੀਂ ਕਿੱਥੇ ਬਣਦਾ ਸੀ, ਜਿਵੇਂ ਮਰਜ਼ੀ ਲੈ ਲਾ, ਬਸ ਖਾਣਾ ਪਾਣੀ ਖਿੱਚ ਕੇ ਲਿਆਉਂਦਾ ਜਾਂ ਕੁਛ ਵੀ ਆ, ਕਿਸਮਤ ਆ ਬਸ ਹਰੇਕ ਹੈ ਨਹੀਂ। ਤੇ ਬਾਕੀ ਪੁੱਤ ਕਹਿੰਦੇ ਹੁੰਦੇ ਆ ਚੱਲ ਆਪਾਂ ਨੂੰ ਰਿਸ਼ਤੇਦਾਰ ਵਧੀਆ ਮਿਲ ਗਏ, ਹੈਂ ਨਰਮਾ ਬੰਦੇ, ਨਰਮ ਬੰਦੇ ਐ ਤੇ ਨਹੀਂ ਅਗਲਾ ਕੌਣ ਸੋਚਦਾ। ਵੱਡੀ ਗੱਲ ਨਸ਼ੇ ਪੱਤੇ ਦੀ ਹੁੰਦੀ ਆ, ਮੈਂ ਔਖਾ ਹੋ ਜਾਂਦਾ ਮੁੜ ਕੇ। ਹਾਂ ਨਹੀਂ, ਤਾਂ ਹੀ ਤਾਂ ਕਹਿੰਦੇ ਆ ਅਗਲਾ 100 ਪੜਦੇ ਰੱਖਦਾ ਪਹਿਲਾਂ, ਤਾਂ ਵੀ ਰਿਸ਼ਤਾ ਪੂਰ ਚੜਦੇ, ਬਾਅਦ 'ਚ ਸੱਪ ਨਿਕਲਦੇ ਆ। ਆਪਦੇ ਦੇਖ ਲਾ, ਆ ਕੇ ਵੀ ਨਹੀਂ ਖੜੇ, ਨਾ ਤੇਰੀ ਮਾਸੀ ਨੇ ਗੇੜਾ ਮਾਰਿਆ, ਨਾ ਤੇਰੇ ਮਾਮੇ ਨੇ, ਨਾ ਤੇਰੀ ਮਾਮੀ ਆਈ। ਉਹ ਬਸ ਆਪਾਂ ਹੁਣ ਉਹਨਾਂ ਤੋਂ ਵੀ ਟੰਡੇ ਲੈਣਿਆ ਕੁਛ ਨਹੀਂ ਹੁੰਦਾ, ਤੂੰ ਵੀ ਨਾ ਮੈਂ ਫੋਨ ਫਾਨ ਜਾ ਕਰ ਗਿਆ ਕਰ ਬਿਨਾਂ ਗੱਲ ਤੋਂ। ਪੁੱਤ ਮਨ ਤਾਂ ਔਖਾ ਹੁੰਦਾ ਹੀ ਹੈ ਜਦੋਂ ਕੋਈ ਆਪਦਾ ਨਾ ਆ ਕੇ ਖੜੇ। ਕੋਈ ਨਾ, ਜਦੋਂ ਮੈਂ ਦੇਖੀ ਤੂੰ ਇੱਥੇ ਆਉਣਗੇ ਗੋਡੇ ਟੇਕ ਦੇ ਦਿਖਾ ਦੂੰਗਾ ਤੈਨੂੰ ਸਾਰੇ। ਚੱਲ ਕੋਈ ਨਾ, ਆਪਾਂ ਤਾਂ ਕਹਿੰਦੇ ਆਉਣਾ, ਆਪਾਂ ਕਿਹੜਾ ਕੋਈ ਕਹਿੰਦੇ ਵੀ ਨਾ ਆਉਣਾ। 100 ਦਿਨ ਚੋਰ ਦਾ, 1 ਦਿਨ ਸਾਧ ਦਾ, ਤਾਂ ਹੀ ਜਾਂਦਾ ਹੁੰਦਾ, ਫਿਰ ਕਿੱਡੀ ਗੱਲ ਆ ਜੇ ਔਖੇ ਟਾਈਮ 'ਚ ਨਹੀਂ ਸਾਥ ਦਿੱਤਾ ਕਿਸੇ ਨੇ। ਚੱਲ ਕੋਈ ਨਾ ਪੁੱਤ, ਆਪੇ ਸੌਖੇ ਹੋਵਾਂਗੇ, ਹੋ ਹੀ ਗਏ ਸੌਖੇ, ਹੋਰ ਕੀ ਹੋਵਾਂਗੇ, ਹੁਣ ਤਾਂ ਬਸ ਤੇਰਾ ਰਹਿ ਗਿਆ। ਉਹ ਬੇਬੇ ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਹੁੰਦੇ, ਨੀਤਾਂ ਨੂੰ ਮਰਾਦਾਂ ਹੁੰਦੀਆਂ, ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ, ਦੇਖਦਾ ਹੀ ਉੱਤੇ ਉਹ। ਪੁੱਤ ਉਹੀ ਗੱਲ ਹੈ, ਦੁੱਖ ਸੁੱਖ ਤਾਂ ਤੇਰੇ ਪਿਓ ਦੇ ਕਰਮਾਂ 'ਚ ਸੀ, ਨਾਲੇ ਤਾਂ ਸਾਰਾ ਕੁਛ ਲਵਾ ਗਿਆ, ਦੇਖ ਘਰ ਵੀ ਵੇਚਣਾ ਪਿਆ, ਜ਼ਮੀਨ ਵੀ ਵੇਚਣੀ ਪਈ, ਨਾਲੇ ਆਪ ਨਹੀਂ ਬਚਿਆ, ਤੇ ਆਹ ਦਿਨ ਨਹੀਂ ਸੀ ਦੇਖਣੇ ਉਹਨੇ। ਉਹ ਬੇਬੇ ਬੰਦੇ ਤੋਂ ਉੱਤੇ ਕੀ, ਅੱਜ ਕੱਲ੍ਹ ਆਪਾਂ ਹੁਣ ਫਿਰ ਜਿਹੜਾ ਕੁਛ ਕੋਲੇ ਹੁੰਦਾ ਉਹੀ ਤਾਂ ਲਾਉਂਦਾ ਹੀ ਹੁੰਦਾ ਬੰਦਾ, ਹੈਂ। ਹੁਣ ਆਪਾਂ ਘਰੇ ਪਾ ਕੇ ਵੀ ਨਹੀਂ ਰੱਖ ਸਕਦੇ ਸੀਗੇ, ਫਿਰ ਲੋਕਾਂ ਦਾ ਹਾਸਾ ਹੋ ਜਾਂਦਾ, ਭਾਵੇਂ ਤਰ੍ਹਾਂ ਵੀ ਘਰੇ ਪਾਇਆ ਬੰਦਾ ਮਾਰਤਾ ਯਾਰ। ਪੁੱਤ ਲਾਏ ਤੇ ਆਏ ਸੀ ਵੀ ਬਾਅਦ 'ਚ ਰਹੇ, ਆਪਾਂ ਕਿਹੜਾ ਉਹਨੂੰ ਮਾਰ ਕੇ ਰਾਜੀ ਸੀ। ਉਹ ਚੱਲ ਕੋਈ ਨਾ, ਜਿਹੜਾ ਕੁਛ ਉਹਦੇ ਕਰਮ ਆ ਸੀ ਉਹ ਭੋਗ ਗਿਆ, ਜਿਹੜਾ ਆਪਣੇ ਆਪਾਂ ਭੋਗ ਦਿਆਂਗੇ, ਹੈਂ। ਰੱਬ ਦੀ ਰਾਜਾ 'ਚ ਰਹਿਣਾ ਸਿੱਖੋ। ਚਲੋ ਐਂ ਸੋਚਦੀ ਹਾਂ ਵੀ ਜੇ ਅੱਜ ਹੁੰਦਾ ਕਿੰਨਾ ਖੁਸ਼ ਹੁੰਦਾ, ਹੈਂ।
ਦੇਖ ਲਓ ਉਧਰ ਸੇਕ ਪੂਰਾ ਹੁੰਦਾ ਇਹਦਾ। ਹਾਂ ਸੇਕ ਤਾਂ ਵਧੀਆ ਹੁੰਦਾ। ਅੱਛਾ ਉਹੀ ਗੋਹੇ ਇਹਦਾ ਲੱਗ ਜਾਂਦਾ ਹੁਣ, ਇੱਕ ਸਿਲੰਡਰ ਪਿਆ ਕੋਲੇ, ਇਹਦਾ ਕੰਮ ਭੈੜਾ ਹੁੰਦਾ ਜੇ ਗੈਸ ਜੀ ਲੀਕ ਹੋ ਜੇ ਇਹਦੀ, ਉਧਰੋਂ ਅੱਗ ਇੱਥੋਂ ਤੱਕ ਆਊ ਸਾਰੇ। ਚੱਲ ਵੇਖੀ ਜਾਊ ਫਿਰ ਹੁਣ, ਮੈਂ ਤਾਂ ਐਂ ਕਹਿੰਦਾ ਮੈਂ ਡੱਗ ਜੇ ਸਾਫ਼ ਕਰਾ ਦੇਈਏ ਇਹ, ਤੇਰੀ ਮਰਜ਼ੀ ਹੈ, ਨਾਲੇ ਆ ਟੋਆ ਪੱਕਾ ਕਰਾ ਦਿੰਦੇ ਹਾਂ। ਹਾਂ ਇਹ ਵੀ ਹਾਏ ਤਾਂ ਹੋਈ, ਹੋਰ ਕੀ ਆਪਾਂ ਭੈੜਾ ਲੱਗਦਾ ਵਿੱਚ ਮੱਛਰ ਉਹ ਬਣੀ ਜਾਂਦਾ ਇਹ ਤੇ। ਹਾਂ ਤੇ ਉਧਰ ਬਣ ਗਿਆ ਕੰਮ? ਹਾਂ ਉਧਰ ਤਾਂ ਕਰਾਇਆ ਜਾਂਦਾ ਵੀ ਨਾਂ ਉਹਦੇ ਰਾਜਪਾਲ ਦੇ, ਬਸ ਇੰਤਕਾਲ ਚੜ ਜੂਗਾ ਇਹਨਾਂ ਦੇ ਨਾਂ, ਤੇ ਉਹ ਤੋਂ ਬਾਅਦ ਮਾਲਕੀ ਹੋ ਜੂ ਇਹਨਾਂ ਦੀ। ਕੀ ਕਹਿੰਦਾ, ਬੋਲਿਆ ਨੀ ਕੁਛ? ਨਾ ਬੋਲਣਾ ਤਾਂ ਕੀ ਅਗਲੇ ਨੇ, ਕੀ ਆ ਮੈਂ ਕੋਈ ਗੱਲ ਕਰਦਾ ਹੋਵੇ? ਨਾ ਨਾ ਕੁਛ ਨੀ, ਉਹ ਤਾਂ ਆਈ ਕਹਿੰਦਾ ਕਹਿੰਦਾ ਬਾਈ ਵੇਖ ਲਓ ਯਾਰ ਜੇ ਤੁਹਾਡਾ ਵੀ ਥੋੜੇ ਘਣੇ ਅਸੀਂ ਪੈਸੇ ਦੇ ਦੇਵਾਂਗੇ ਸਾਨੂੰ ਐਂ ਜੇ ਲੱਗਦਾ। ਮੈਂ ਕਿਹਾ ਯਾਰ ਜੇ ਪੈਸੇ ਲੈਣੇ ਹੁੰਦੇ ਫਿਰ ਤਾਂ ਅਸੀਂ ਪਾਸੇ ਵੇਚ ਦਿੰਦੇ ਹੈ, ਜੇ ਮੈਂ ਫਿਰ ਆਪਾਂ ਨੂੰ ਵੇਚਣ ਦੀ ਲੋੜ ਨਹੀਂ ਸੀ। ਉਹੀ ਤਾਂ ਗੱਲ ਆ, ਉਹ ਤਾਂ ਚਲ ਆਏ ਸੀ ਉਦੋਂ, ਚਲ ਆਪਣੇ ਆਹ ਵਧੀਆ ਲੋਟ ਆ ਗਿਆ ਇੱਧਰ ਆਦਾ ਖੁੱਲੇ 'ਚ ਪੈ ਗਿਆ ਘਰ ਕਿ ਨਹੀਂ। ਹਾਂ ਉਧਰ ਐਵੇਂ ਢੇੜਾ ਦੜਾਈ ਕਰਨੀ ਪੈਂਦੀ, ਚਲ ਇਹਨਾਂ ਦੇ ਕੰਮ ਗਲੀ ਦੇ ਮਾਰਾ ਨਹੀਂ ਉਹ ਕਰਿਆ ਸੀ ਨਾ, ਜੇ ਹੁਣ ਗਲੀ ਲੱਗਦੀ ਹੁੰਦੀ ਤਾਂ ਮੈਂ ਉਧਰ ਨੂੰ ਕਰਕੇ ਘਰ ਪਾ ਲੈਂਦੇ ਮੂੰਹ। ਬਾਕੀ ਬੇਬੇ ਹੋਰ ਗੱਲ ਆ, ਹੈ ਤੂੰ ਐਂ ਦੇਖ ਲਾ ਵੀ ਜਿਹਦੀ ਮੇਰ ਵੱਜਣੀ ਹੁੰਦੀ ਆ ਨਾ ਆ ਕੇ, ਹੈ ਕਰਮਾਂ ਦੀਆਂ ਗੱਲਾਂ ਹੀ ਹੁੰਦੀਆਂ ਇਹ। ਸਹੀ ਗੱਲ ਹੈ, ਹੈ ਦੇਖ ਲਾ ਬਾਪੂ ਵਰਗੇ ਨੇ ਇੱਥੇ ਜ਼ਿੰਦਗੀ ਕੱਢਤੀ ਆਪਦੀ, ਆਪਾਂ ਕੋਠੀਆਂ ਜਾ ਕੇ ਇੱਧਰ ਉਹ ਥਾਂ ਇਹਨਾਂ ਦੇ ਕਰਮਾਂ ਜਾ ਕੇ ਆਪਦਾ ਪਿੰਡੋਂ ਵੇਚ ਵੱਟ ਕੇ ਆ ਜਾਂਦੇ ਵਿਚਾਰਿਆਂ ਦੇ, ਹਨਾ। ਤੂੰ ਐਂ ਵੇਖ ਵੀ ਗੱਲ ਕਰਮਾਂ ਦੀ, ਤੂੰ ਐਂ ਦੇਖ ਵੀ ਉੱਥੋਂ ਆਏ ਇੱਥੇ ਨਾ ਦਾਣਾ ਪਾਣੀ ਲਿਖਿਆ, ਆਪਾਂ ਕਿਹੜਾ ਮੱਥੀ ਬੈਠੇ ਸੀ ਵੀ ਲਾੜੀ ਦਾ ਵਿਆਹ ਆਪਾਂ ਕੋਈ ਕੁੜੀ ਆਊਗਾ ਇੱਥੇ ਫੇਰ ਕਰਾਂਗੇ। ਬਸ ਉਹੀ ਤਾਂ ਗੱਲ ਹੁੰਦੀ ਆ ਵੀ ਪਰਮਾਤਮਾ ਗੇੜ ਪਾ ਕੇ ਕਰਦਾ ਸਭ। ਹਾਂ ਚੰਗੇ ਨਾ ਰੱਬ ਵੀ ਚੰਗਾ, ਸਹੀ ਗੱਲ ਹੈਗੀ, ਜਿਹੜਾ ਬੇਈਮਾਨ ਆ ਉਹਦੀ ਤਾਂ ਬੇਈਮਾਨੀ ਬਾਹਲਾ ਚਿਰ ਨਹੀਂ ਨਾ ਫਲਦੀ ਹੁੰਦੀ। ਉਹੀ ਤਾਂ ਗੱਲ ਹੈ। ਹਾਂ ਬਾਕੀ ਵੱਡੀ ਗੱਲ ਤਾਂ ਇਹ ਆ, ਅਗਲਾ ਭਾਵੇਂ ਬਗਾਨੇ ਥਾਂ ਤੋਂ ਆਇਆ ਸੀ ਪਰ ਫਿਰ ਵੀ ਆਪਣੀ ਇਹਨਾਂ ਨੇ ਗੱਲ ਨਹੀਂ ਮੋੜੀ ਹੈ। ਨਹੀਂ ਅਗਲਾ ਐਂ ਕਹਿ ਜਾਂਦਾ ਵੀ ਅਸੀਂ ਤਾਂ ਕਿਰਾਇਆ ਦੇਣਾ ਭਾਈ, ਤੁਸੀਂ ਵੀ ਗਾਹਾਂ ਤੱਕ ਜਾਂਦੇ ਹੋ, ਸਾਡੀਆਂ ਰਿਸ਼ਤੇਦਾਰੀਆਂ ਤੋਂ ਕੀ ਲੈਣਾ ਤੁਸੀਂ? ਹਾਂ ਉਹੀ ਤਾਂ ਗੱਲ ਆ, ਚੱਲ ਆਪਣਾ ਐਂ ਹੋ ਗਿਆ, ਲਾਡੀ ਦਾ ਪੜਦਾ ਕੱਜਿਆ ਗਿਆ, ਨਾਲੇ ਆਪਣਾ ਸਾਰੀ ਉਮਰ ਦਾ ਜਿਹੜਾ ਪਛਤਾਵਾ ਸੀ ਲਾਂਭੇ ਸੀ, ਚੱਲ ਉਹ ਲੈ ਗਏ, ਉਹ ਵੀ ਬਰਾਬਰ ਦਾ ਹੋ ਗਿਆ ਵਿਚਾਰਾ, ਬਰਾਬਰ ਦਾ ਹੋ ਗਿਆ ਹੈ। ਨਾਲੇ ਤੇਰੀ ਮਾਮੀ ਨੇ ਕਦੇ ਫਰਕ ਨਹੀਂ ਰੱਖਿਆ ਆਪਣੇ ਨਾਲ, ਫਿਰ ਹੁਣ ਫੇਰ ਤਾਂ ਆਪਾਂ ਕਰਦੇ ਜੇ ਉਹ ਫਰਕ ਕਰਦੀ ਤਾਂ, ਹਨਾ? ਉਹੀ ਤਾਂ ਗੱਲ ਆ। ਹਾਂ ਤੇ ਚੱਲ ਵਧੀਆ ਹੋ ਗਿਆ ਸਾਰਾ। ਤੇ ਉਹ ਹਰਪ੍ਰੀਤ ਤਾਂ ਬਾਗੀ ਕਿੱਧਰ ਬਾਗੀ ਉਹ ਗਈ? ਉਹ ਤਾਂ ਕਿਉਂ ਨਾਨਕੀ ਤੇਰੇ ਦੇਖ ਲਾ ਲੈ, ਉਹਨੂੰ ਵੀ ਹਨਾ ਟਾਈਮ ਮਿਲਣਾ ਚਾਹੀਦਾ ਟੱਪਾਂ ਨੂੰ ਸੈਰ ਸਪਾਟਿਆਂ ਨੂੰ। ਉਹ ਐਂ ਗੱਲ ਸੀ, ਤੇਰੀ ਮਾਮੀ ਗਈ ਵੀ ਸੀਗੀ ਆਦੇ ਪੇਕੀ। ਅੱਛਾ ਉਹਦੀ ਭਰਜਾਈ ਦਾ ਆਪਰੇਸ਼ਨ ਹੋਇਆ ਸੀ ਤੇ ਨਾਲੇ ਕਹਿੰਦੇ ਉੱਥੇ ਬੁਲਬੁਲ ਆਊਗੀ। ਬੁਲਬੁਲ ਤਾਂ ਆ ਗਈ ਹੋਣੀ ਹੈ, ਉਹਦਾ ਤਾਂ ਮੈਨੂੰ ਪਤਾ ਨਹੀਂਗਾ। ਤੇ ਇਹ ਕਹਿੰਦੀ ਮੈਨੂੰ ਛੁੱਟੀਆਂ ਗਈਆਂ ਹੁਣ 5-4, ਕਹਿੰਦੀ ਚੱਲ ਮੈਂ ਜਾ ਆਉਂਦੀ ਹਾਂ। ਆਹੋ ਚੱਲ ਐਂ ਵੀ ਹੈਗਾ, ਫਿਰ ਅਗਲਾ ਵੀ ਐਂ ਸੋਚ ਲੈਂਦਾ ਪਤਾ ਨਹੀਂ ਆਪਦੇ ਕੰਮ ਦੇ ਨਾਲ। ਫਿਰ ਤੇਰੀ ਮਾਮੀ ਆਏ ਆਖੂਗੀ ਵੀ ਖਾਣੀ ਜਾਣ ਕੇ ਨਹੀਂ ਭੇਜਦੀ। ਬਾਕੀ ਆ ਮਾਮੀ ਵੀ ਉੱਧਰ ਰੁੱਝੀ ਵੀ ਆ, ਜੇ ਉਹ ਘਰੇ ਹੋਵੇ ਚੱਲ ਫਿਰ ਤਾਂ ਕੋਈ ਹੋਣੀ, ਤੇ ਕਾਲਜ ਦਾ ਇਹਦਾ ਫਿਰ ਕਿਵੇਂ ਲੋਟ ਆਊ? ਛੁੱਟੀਆਂ ਮੈਂ ਕਿਹਾ 4-5। ਅੱਛਾ ਹਾਂ ਛੁੱਟੀਆਂ ਦਾ ਕਰਕੇ ਫਿਰ ਤਾਂ ਕੀ ਇੱਥੇ ਉਹ ਧਾਰ ਕਢਾਉਣੀ ਸੀ। ਹਾਂ ਬਸ ਤਾਂ ਹੀ ਮੈਂ ਕਹਿਤਾ ਮੈਂ ਕਿਹਾ ਚੱਲ ਜਾ ਆਵੜਾ। ਨਾ ਇਹ ਚ ਗੋਹਾ ਕੌਣ ਪਾਉਂਦਾ ਹੁੰਦਾ? ਤੂੰ ਘੋਲਦੀ ਹੁੰਦੀ ਆ ਕਿ ਹਰਪ੍ਰੀਤ? ਮੈਂ ਮਾਈ ਪਾਉਂਦੀ ਆ, ਹਰਪ੍ਰੀਤ ਕਿੱਥੇ ਹੱਥ ਲਾਉਂਦੀ ਐ? ਤਾਂ ਵਿੱਚ ਗੰਡੇ ਸਿੱਟੇ ਪਏ ਦੇ ਦੇਗੀ ਉਹ, ਫਿਰ ਜਿਹੜਾ ਕੁਛ ਉੱਥੇ ਮਾੜਾ ਮੋਟਾ ਕੂੜੇ ਵਾੜੇ ਚ ਰਲ ਜਾਂਦਾ ਸਿੱਟ ਦਿੰਦੇ ਚੱਕ ਕੇ, ਨੇਰੇ ਸਿੱਟਦੀ ਆ ਨਾ ਮੈਂ ਕੂੜਾ ਉੱਥੇ, ਬਾਹ ਆਈ ਨੀਗਾ ਵਿੱਚ ਲੱਗ ਜੂ ਜਾ ਕੇ ਸਾਰਾ ਕੁਛ, ਇਹਦਾ ਸਾਫ਼ ਹੁੰਦਾ ਸਮਾਨ ਸਾਰਾ। ਚੱਲ ਕੋਈ ਨਾ, ਇਹ ਚ ਹੈਗੀ ਗੈਸ? ਆ ਹੋਏ ਤਾਂ ਲੱਗਿਆ ਵਿਆ ਭਰਿਆ ਵਿਆ ਥੋੜੀ ਆ ਇਹ ਚ ਵੀ। ਕੋਈ ਨਾ ਫਿਰ ਆਪਾਂ ਹੁਣ ਆਦਮ ਚੱਲਦਾ ਨਹੀਂ ਉਹ ਕਰਨਾ। ਮੈਂ ਤਾਂ ਐਂ ਕਹਿੰਦਾ ਜੀ ਜਦੋਂ ਆਹ ਲੱਗਿਆ ਵਿਆ ਤੇ ਇਹਦਾ ਇੱਕ ਉਹ ਬਣਾ ਲਓ ਪੁਆਇੰਟ ਜਿਹਾ ਬਣਾ ਦਿੰਦਾ ਮੈਂ, 2 ਦਿਨਾਂ ਕਹਿ ਕੇ ਮਿਸਤਰੀ ਨੂੰ, ਤੇ ਤੱਤੇ ਪਾਣੀ ਵਾਲਾ ਨਾਲ ਗੈਸ ਕਿਉਂ ਮਚਾਈ ਆ ਇਹ? ਫਿਰ ਇਹਦੇ 'ਚ ਬਾਥਰੂਮ 'ਚ ਲੱਗਿਆ ਹੋਇਆ ਨਾ ਤਾਂ ਕਰਕੇ। ਫਿਰ ਉਹਦਾ ਜਦੋਂ ਬਾਥਰੂਮ 'ਚ ਇੱਥੋਂ ਬਾਲਟੀ ਭਰ ਕੇ ਲੈ ਜਾਈਏ ਵੀ ਆਪਣੇ ਕਿਹੜਾ ਬਾਲਾ ਲੱਗਦਾ, 2-2 ਮਹੀਨੇ ਮੁੱਕਦਾ ਨੀਗਾ ਇਹ, ਕੋਈ ਚੁੱਲ੍ਹੇ 'ਤੇ ਕਰ ਲੈਂਦੇ ਹਾਂ ਭਾਂਡੇ ਭੁੰਡਿਆਂ ਨੂੰ ਪਾਣੀ ਦਿੱਤਾ। ਉਹ ਐਵੇਂ ਲੱਗਦਾ ਬੇਬੇ ਗਰਮੀ 'ਚ ਨਹੀਂ ਲੱਗਦਾ ਜੀ, ਹੁਣ ਸਿਆਲ 'ਚ ਤਾਂ ਇਹ ਨਹਾਇਆ ਧੋਇਆ ਕਰੋਗੇ, ਉਦੋਂ ਤਾਂ ਇਹ ਲੱਗ ਹੀ ਜਾਇਆ ਕਰੂਗਾ। ਨਹੀਂ ਆਏ ਤਾਂ ਗੱਡੇ ਤਵੜੇ ਥੱਲੇ ਪਾ ਦੇਣੀ ਹੁੰਦੀ ਆ ਮੈਂ ਅੱਗ। ਤੇ ਫਿਰ ਮੈਂ ਤੈਨੂੰ ਉਹੀ ਤਾਂ ਕਹਿਣਾ ਵੀ ਇਹਦੀ ਇੱਕ ਪਾਈਪ ਦਾ ਪੁਆਇੰਟ ਹੀ ਉੱਧਰ ਕਰਾ ਦਿੰਦੇ ਆ। ਵੇਖ ਲੈ ਜੇ ਤਾਂ ਭਾਈ ਟਾਈਮ ਹੋਏਗਾ ਤਾਂ ਕਰਦੇ, ਜੇ ਤੂੰ ਜਾਣਾ ਆਉਂਦਾ ਐਵੇਂ ਫਿਰ ਇੱਥੇ ਸੰਨੇ ਨਾ ਟਾਈਮ ਖਰਾਬ ਕਰੀ ਚੱਲ, ਫਿਰ ਉੱਧਰ ਵੀ ਆਪਦਾ ਪੜ੍ਹਾਈ ਦਾ ਵੀ ਦੇਖ ਲੈ। ਮੈਂ ਤਾਂ ਕੀ ਕਰਨਾ ਇਹ ਤਾਂ ਕਰੂ ਤਾਂ ਮਿਸਤਰੀ ਲਾ ਦਿੰਦਾ ਮੈਂ, ਆਪੇ ਕਰ ਜੂਗਾ ਉਹ। ਚੱਲ ਵੇਖ ਲੈ ਤੇਰੀ ਮਰਜ਼ੀ, ਕਰਾ ਦੇ ਫਿਰ। ਤੇ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਕਿਹਾ ਮੇਰਾ ਲੀੜਾ ਕੱਪੜਾ ਜਿਹਾ ਕਰਦੀ ਪਏਗਾ। ਉਹ ਤਾਂ ਕੰਮ ਕੀਤੇ ਪਿਆ ਪ੍ਰੈਸ ਬੈਗ 'ਚ ਪਾ ਦੇ ਸੀ ਹਰਪ੍ਰੀਤ ਨੇ। ਹੋਰ ਕੀ ਆ, ਉਹ ਤਾਂ ਮੇਰਾ ਜੀ ਜ਼ਿਆਦਾ ਕਰਦਾ ਨਹੀਂ, ਬਾਹਲੇ ਦਿਨ ਹੋ ਗਏ ਆਏ ਨੂੰ, ਇੱਥੇ ਜੀ ਜਿਹਾ ਲੱਗ ਗਿਆ ਹੁਣ ਆ ਕੇ। ਪੜ੍ਹਨੇ ਨਹੀਂ 4 ਅੱਖਰ ਕੁਛ ਬਣਨਾ ਨਹੀਂ ਗਾਂ ਜਾ ਕੇ? ਪੜ੍ਹਨੇ ਤਾਂ ਹੈਗੇ ਬੇਬੇ, ਹੁਣ ਪੜ੍ਹੀ ਜਾਂਦੇ ਆ। ਕਿ ਤੂੰ ਤਾਂ ਇਹਨੂੰ ਵੀ ਐਵੇਂ ਮੇਰਾ ਵਿਆਹ ਕਰ ਦਿਓ? ਉਹ ਨਹੀਂ ਨਹੀਂ ਵਿਆਹ ਵੂ ਤਾਂ ਨਹੀਂ ਹਜੇ ਮੈਂ ਸੋਚਿਆ। ਕੀ ਆ ਮੈਂ ਕਿਹਾ ਤੈਨੂੰ ਹੋਵੇ ਹੋਰ ਲਾ, ਵਿਆਹ ਤਾਂ ਹੋ ਹੀ ਜਾਣਾ, ਵਿਆਹ ਨੂੰ ਦੱਸ ਕਿੱਡੀ ਗੱਲ ਆ, ਬਾਕੀ ਆਏ ਆ ਮੈਨੂੰ ਐਂ ਜੇ ਲੱਗਦਾ। ਮੈਂ ਕਿਹਾ ਜਿਵੇਂ ਹੁਣ ਮੰਨ ਲਾ ਜੇ ਵੀ ਆਪਦਾ ਕਾਰੋਬਾਰ ਤੋਰ ਲਈਏ ਵਧੀਆ, ਨਾਲ ਤਾਂ ਤੂੰ ਇਕੱਲੀ ਜੀ ਰਹਿ ਜਾਂਦੀ ਆ। ਚੱਲ ਕੇਰਾ ਭਾਈ ਪੜ੍ਹਾਈ ਤਾਂ ਪੂਰੀ ਕਰਨੀ ਪਊ, ਫਿਰ ਜਿਹੜਾ ਕੋਈ ਕਰ
ਹਾਲ ਆ ਜੀ ਕਿਵੇਂ ਆ? ਠੀਕ ਹੈ ਵਧੀਆ। ਕੀ ਬਣਦਾ? ਕੁਝ ਨਹੀਂ ਬਣਨਾ, ਕੀ ਆ ਬਸ ਸ਼ਹਿਰੋਂ ਆਏ ਸੀ ਯਾਰ, ਰੋਟੀ ਰੋਟੀ ਖਾ ਕੇ ਹਟੇ ਆ। ਅੱਛਾ, ਹੋ ਗਿਆ ਉੱਧਰ ਘਰ ਦੇ ਹਾਲ? ਹਾਂ ਉੱਧਰ ਹੋ ਗਿਆ, ਉਹਨਾਂ ਦੇ ਨਾਂ ਕਰਾਇਆ ਜਾਂਦਾ ਸੀ। ਅੱਛਾ ਠੀਕ ਹੈ, ਕੋਈ ਅੜਚਨ ਤਾਂ ਨਹੀਂ ਆਈ ਵਿੱਚ? ਨਾ ਨਾ ਅਤਿਆਂ ਦਾ ਕਾਹਦੀ, ਆਪਦਾ ਥਾਂ ਯਾਰ, ਬਸ ਮੈਂ ਇੱਥੇ ਮੰਨ ਲਾ ਇਹਦੀ ਮਾਲਕੀ ਪਵਾ ਤੀ, ਹਾਂ ਰਜਿਸਟਰੀ ਕਰਾ ਤੀ ਇਹਦੇ ਨਾਲ। ਹੋਰ ਮਾਮੀ ਵਰਗੇ ਠੀਕ ਆ? ਹਾਂ, ਸਾਰੇ ਠੀਕ ਆ। ਅੱਜ ਹੀ ਆਈ ਆ ਮੰਮੀ ਵੀ। ਅੱਛਾ, ਆ ਗਈ ਮਾਮੀ? ਹਾਂ ਅੱਜ ਹੀ ਆਈ ਆ। ਠੀਕ ਆ ਹੁਣ ਤਾਂ ਉਧਰੋਂ? ਹਰਪ੍ਰੀਤ ਪਹੁੰਚ ਗਈ? ਹਾਂ ਹਰਪ੍ਰੀਤ ਆ ਗਈ, ਵਾਹਵਾ ਖੰਘ ਜੀ ਕਰੀ ਬੈਠੀ ਆ। ਉਹ ਬਿਮਾਰ ਹੋ ਗਈ ਸੀ, ਇਹ ਵਾਹਵਾ ਬੁਖਾਰ ਬਖੂਰ ਜਿਹਾ ਹੋਣ ਲੱਗ ਗਿਆ ਸੀ। ਉਹ ਯਾਰ ਖਾਣ ਹੋਣੀ ਹੱਟਦੀ, 20 ਵਾਰੀ ਕਿਹਾ ਵੀ ਰੋਟੀ ਨਾਲ ਲੈ ਜਾ ਕਰ, ਉੱਥੇ ਕਾਲਜ 'ਚ ਖਾਈ ਜਾਂਦੀ ਆ ਤਲਿਆ ਪਲਿਆ, ਅੱਗੇ ਰੋਟੀ ਲੈ ਜਾਂਦੀ ਨੂੰ ਮੈਨੂੰ ਸੰਗ ਲੱਗਦੀ ਆ, ਫਿਰ ਖੰਘ ਕਿੱਥੋਂ ਹਟੂ ਜਾ? ਉਹੀ ਤਾਂ ਗੱਲ ਆ ਯਾਰ। ਚੱਲ ਕੋਈ ਨਾ, ਉਹ ਤਾਂ ਦਵਾਤੀ ਦਵਾਈ ਜੀ ਹੁਣ। ਅੱਛਾ ਮੈਂ ਕੰਮ ਨੂੰ ਫੋਨ ਲਾਇਆ ਸੀ, ਇੱਕ ਨਿੱਕਾ ਜਿਹਾ ਕੰਮ ਸੀ ਜੇ ਕਰੇਗਾ ਤਾਂ। ਹਾਂ ਹਾਂ ਦੱਸ, ਹੁਕਮ ਕਰ। ਉਹ ਮੈਂ ਕਹਿੰਦਾ ਸੀ, ਮੈਂ ਨਾ ਫਾਈਲ ਲਾਇਆ ਸੀ ਮਨਿੰਦਰ ਦੀ। ਅੱਛਾ ਹਾਂ, ਕਿਹਨਾਂ ਤਾਂ ਇਹ ਪੁੱਛ ਲਏ ਮੈਂ ਆੜਤੀ ਤੋਂ ਪੈਸੇ ਜਿਹੜੇ ਆਪਾਂ ਉਹਨੂੰ ਦੇਣੇ ਆਗੇ ਫਾਈਲ ਖਰਚਾ। ਅੱਛਾ ਹਾਂ, 50 ਕੁ ਹਜ਼ਾਰ ਰੁਪਇਆ ਮੰਗਿਆ, 10-15 ਹਜ਼ਾਰ ਅੰਬੈਸੀ ਦੀ ਫੀਸ ਹੋਊਗੀ। ਤੂੰ ਮੰਨ ਕੇ ਚੱਲ ਵੀ 70-80 ਹਜ਼ਾਰ ਰੁਪਏ ਦਾ ਹੱਲ ਤਾਂ ਕਰ ਲਿਆ ਕਰਾਂ ਮੈਂ, ਜਿਹੜਾ ਹੁਣ ਆਪਾਂ ਤੁਰਤ ਪੈਰ ਦੇਣਾ ਉਹਨਾਂ ਨੂੰ। ਠੀਕ ਆ, ਅਤੇ ਮੰਨ ਲਾ ਜਦੋਂ ਫਾਈਲ ਲੱਗ ਗਈ ਤਾਂ ਆਪਾਂ ਨੂੰ 5-7 ਦਿਨਾਂ ਤੱਕ, 10 ਦਿਨਾਂ ਤੱਕ ਵੀ 6-7-8 ਲੱਖ ਰੁਪਏ ਹੱਲ ਕਰਨਾ ਪਊਗਾ ਯਾਰ। ਮੈਂ ਕੋਈ ਗੱਲ ਨਹੀਂ, ਮੈਂ ਕਿਹਾ ਤੂੰ ਉਦੇ ਕਰ ਮੈਨੂੰ ਲਾਂਗੇ ਹੱਲ। ਉਦੇ ਮੈਨੂੰ ਕਿਹਾ ਸੀ, ਉਹਦਾ ਫੀਸ ਤੇ ਆ ਯਾਰ, ਜੇ ਮੰਨ ਲਾ ਸਾਲ ਦੀ ਭਰਨੀ ਹੋਈ ਫਿਰ ਤਾਂ 9 ਲੱਖ ਵੀ ਜਾ ਸਕਦੀ ਆ, ਠੀਕ ਹੈ। ਅਤੇ ਜੇ ਕਿਤੇ ਸਮੈਸਟਰ ਵਾਈਜ਼ ਜੇ ਮੰਨ ਲਾ 6 ਮਹੀਨੇ ਦੀ ਭਰਨੀ ਹੋਈ ਫਿਰ ਆਪਣਾ 5 ਕੁ ਲੱਖ ਨਾਲ ਵੀ ਖੇੜਾ ਛੁੱਟ ਸਕਦਾ। ਮੈਂ ਤੈਨੂੰ ਉਹੀ ਕਹਿਣਾ ਵੀ 5-6 ਲੱਖ ਦਾ ਤਾਂ ਝੋਨਾ ਹੋ ਗਿਆ ਆਪਣੇ, ਅੱਛਾ ਠੀਕ ਆ, ਉਹ ਪੈਸੇ ਤੂੰ ਵਰਤ ਲਈ, ਕੁਛ ਆਪਾਂ 5-7 ਲੱਖ ਰੁਪਇਆ ਬਾਣੀਆਂ ਤੋਂ ਵੱਧ ਫੜ ਲੈਂਦੇ ਹਾਂ, ਕੋਈ ਨਹੀਂ ਜੇ ਆਪਾਂ ਨੂੰ 9 ਦੀ ਲੋੜ ਆਪਾਂ 10 ਫੜ ਲੈਂਦੇ ਹਾਂ, ਕਈ ਵਾਰੀ ਮੌਕੇ 'ਤੇ ਹੱਥ ਨਾ ਅੱਡਣਾ ਪਵੇ। ਹਾਂ ਬਾਕੀ ਮੈਂ ਤੈਨੂੰ ਐਂ ਕਹਿੰਦਾ ਸੀ, ਆ ਝੋਨੇ ਵਾਲੇ ਪੈਸੇ ਤਾਂ ਹੁਣ ਤੂੰ ਵੀ ਆੜਤੀਆਂ ਦਾ ਹਿਸਾਬ ਕਿਤਾਬ ਕਰਨਾ ਹੋਊਗਾ। ਉਹ ਨਹੀਂ, ਆਪਣੇ ਤਾਂ ਲਾਡੀ ਸੌਦਾ ਆਉਂਦਾ ਗੱਲਾਂ ਯਾਰ, ਹੋਰ ਕੋਈ ਖਰਚਾ ਨਹੀਂ। ਅੱਛਾ ਰੇਹ ਸਪਰੇਹ ਦਾ ਤਾਂ ਆਪਾਂ ਨਗਦੀ ਚੱਕਦੇ ਹਾਂ, ਠੀਕ ਹੈ ਠੀਕ ਹੈ। ਅਤੇ ਹਾਂ ਉਹ ਸੀ ਰੇਹ ਸਪਰੇਹ ਆਪੇ, ਬਸ ਰੇਹ ਰੂਹ ਜਦੋਂ ਮੈਂ ਕਹਿ ਦੇਣਾ ਉਦੋਂ ਚੱਕ ਲਿਆਉਂਦਾ ਪੈਸੇ, ਮੈਂ ਪਾ ਦਿੰਦਾ ਅਕਾਊਂਟ 'ਚ, ਆਪਣਾ ਕਿਹੜਾ ਕੋਈ ਆਇਆ ਨਹੀਂ ਬਾਣੀਆਂ ਨਾਲ ਕਲਮ ਚੱਲਦੀ ਆ ਵੀ ਲੰਮੇ ਚੌੜੇ ਸਾਹਿਬ ਜੀ। ਹਾਂ ਇਹ ਤਾਂ ਗੱਲ ਹੈਗੀ ਆ, ਚਲੋ ਹੱਥ ਪੈਣਾ ਚਾਹੀਦਾ। ਬਾਕੀ ਮੈਂ ਮੰਮੀ ਨਾਲ ਕਰੀ ਸੀ ਗੱਲ, ਮੰਮੀ ਕਹਿੰਦੀ ਸੀ ਜਿਹੜਾ ਰੂੜੀ ਵਾਲਾ ਥਾਂ ਪਿਆ ਗਾ ਵੀ ਆਪਾਂ ਉਹ ਵੇਚ ਦਿੰਦੇ ਹਾਂ, ਫਿਰ ਉਹਨਾਂ ਨੂੰ ਪੈਸਿਆਂ ਦੀ ਲੋੜ ਹੀ ਆ। ਮਨਿੰਦਰ ਕਹਿੰਦੀ ਨਹੀਂ, ਥਾਂ ਨਹੀਂ ਵੇਚਣਾ, ਤੁਸੀਂ ਊਂ ਕਰੋ ਹੱਲ ਪੈਸਿਆਂ ਦਾ ਕਿਸੇ ਤੋਂ ਫੜ ਧੜ ਕੇ। ਉਹ ਨਹੀਂ ਨਹੀਂ ਯਾਰ, ਮੈਂ ਤੈਨੂੰ ਉਦੇ ਵੀ ਕਿਹਾ ਤਾਂ ਸੀ ਵੀ ਕੋਈ ਆਹਦੀ ਚੀਜ਼ ਨਹੀਂ, ਹੋਰ ਨਹੀਂ ਕੋਈ ਨਹੀਂ, ਆਪਾਂ ਪੈਸੇ ਫੜ ਲਾਂਗੇ, ਤਾਂ ਕੀ ਆ ਵੱਧ ਤੋਂ ਵੱਧ ਆਪਾਂ ਨੂੰ ਵਿਆਜ ਪੈ ਜੂਗਾ। ਹੋਰ ਦੱਸ ਆਪਣਾ ਕੀ, ਇੱਥੇ ਆਏ ਆ ਵੀ ਕੋਈ ਕੰਮ ਖੜ ਜੂਗਾ ਹੈ? ਹਾਂ ਬਸ ਔਖਾ ਤਾਂ ਬਸ ਆਹੀ ਹੈ ਯਾਰ, ਹੁਣ ਕਹਿੰਦੇ 40, ਉਹ ਮੈਂ ਉਹ ਤਾਂ 40 ਦਿਨ ਕਿਹਾ ਉਹਨੇ ਮੈਨੂੰ, ਠੀਕ ਹੈ। ਉਹ ਕਹਿੰਦਾ ਵੀਜ਼ਾ ਸਾਡੇ ਜਵਾਕ ਆਏ 10-15 ਦਿਨਾਂ 'ਚ ਆ ਜਾਂਦੇ ਹੁੰਦੇ ਵੀ, ਜੇ ਵੀ ਫਾਈਲ ਫੂਲ ਲਾਉਣ ਦਾ ਹਿਸਾਬ ਹੁੰਦਾ ਵੱਖਰਾ, ਆਪਾਂ ਨੂੰ ਪਤਾ ਨਹੀਂ ਕੀ ਕਰਨਗੇ ਹੈ ਨਾ ਉਹ। ਅਤੇ ਤੇ ਸਾਰਾ ਖਰਚਾ ਕਿੰਨਾ ਆਊਗਾ? ਸਾਰਾ ਖਰਚਾ ਤੂੰ ਮੰਨ ਕੇ ਚੱਲ 9 ਤਾਂ ਉਹ ਹੋ ਗਿਆ, 5.5 ਲੱਖ ਜੀ ਆਈ ਸੀ, ਅਤੇ ਟੋਟਲ 18-19 'ਚ ਵੜ ਜਾਵਾਂਗੇ। ਅੱਛਾ ਹਾਂ, 18-19 ਲੱਖ ਦਾ ਆਊਗਾ, ਮੰਨ ਲਾ ਵੀ ਕੱਪੜਾ ਲੀੜਾ ਪਾ ਕੇ ਯਾਰ 20 ਲੱਖ ਮੰਨ ਕੇ ਚੱਲ। ਹਜੇ ਤਾਂ ਟਿਕਟ ਵੀ ਕਰਾਉਣੀ ਪਊ, ਟਿਕਟ ਦਾ ਮੰਨ ਲਾ ਤੂੰ 2.5-2 ਲੱਖ ਦੀ ਟਿਕਟ ਹੋਈ ਪਈ ਆ, ਇਹ ਵੀ ਮਹਿੰਗੀਆਂ ਹੋ ਗਈਆਂ। ਹਾਂ ਲੱਖ ਰੁਪਇਆ ਚਾਹੀਦਾ ਆਪਾਂ ਨੂੰ ਸਾਰਾ ਚਾਹੀਦਾ, ਹੱਸ ਕੇ ਚਾਹੀਦਾ। ਤੇ ਤੂੰ ਐਂ ਕਰ, ਮੈਂ ਤੈਨੂੰ ਦੱਸਦਾ ਵੀ ਮੈਂ ਬਾਣੀਆਂ ਨੂੰ 15 ਲੱਖ ਰੁਪਇਆ ਕਹਿ ਦਿੰਦਾ, ਠੀਕ ਆ, 5-4 ਲੱਖ ਦਾ ਹੱਲ ਤੂੰ ਕਰ ਲਾ। ਹਾਂ ਇੰਨਾ ਕੁ ਤਾਂ ਸਿਆਉਣਾ ਹੀ ਪਿਆ, ਇੰਨਾ ਕੁ ਤਾਂ ਆਪਾਂ ਸਿਆਉਣੇ ਦਾ ਹੱਲ ਕਰ ਲਾਂਗੇ, ਬੈਂਕ 'ਚ ਧਰ ਦਾਂਗੇ। ਸਿਆਉਣੇ ਦਾ ਵੀ ਮੈਂ ਤੈਨੂੰ ਦੱਸਦਾ, ਉਹਨੂੰ ਭਾਵੇਂ ਧਰ ਦੀ, ਬੈਂਕ ਬੁੰਕ 'ਚ ਪਰ ਵੇਚੀ ਪੁੱਛੀ ਨਾ ਚੀਜ਼ ਨਾ ਕੋਈ ਕੋਰੀ, ਠੀਕ ਆ। ਨਹੀਂ, ਬੈਂਕ 'ਚ ਤਾਂ ਐਂ ਕਰਕੇ ਆਉਂਦੀ ਹੈ ਗੱਲ, ਮੈਂ ਬੈਂਕ 'ਚ ਅਤੇ ਹਾਂ ਉਹ ਕਹਿੰਦੇ ਸੀ ਵੀ ਤੁਸੀਂ ਲਿਆਓ ਅਤੇ ਬਾਕੀ ਦੇਖਦੇ ਹਾਂ ਹੁਣ ਵੀ, ਜੇ ਕਹਿੰਦੇ 5 ਲੱਖ ਦਾ ਹੋਇਆ ਤਾਂ ਵੀ ਦੇ ਦਾਂਗੇ, 3,90,000 ਇੰਨੇ ਕੁ ਤਾਂ ਕਹਿੰਦੇ ਸੀ ਦੇ ਦਾਂਗੇ ਰੁਪਈਏ, ਬਾਕੀ ਘਰੋਂ ਕਰ ਲਾਂਗੇ ਹੱਲ। ਹਾਂ ਬਾਕੀ ਦੇਖਦੇ ਹਾਂ, ਕੋਈ ਨਹੀਂ ਸਿਆਣਾ ਸੁਣਾ ਤਾਂ ਇੱਧਰ ਜੇ ਲੋੜ ਪਈ ਮੌਕੇ 'ਤੇ ਆਪਣਾ ਬੇਬੇ ਵਾਲਾ ਧਰ ਦਿਆਂਗੇ। ਹਾਂ ਉਹ ਚੀਜ਼ ਤਾਂ ਯਾਰ ਛੜਾਈ ਜਾਂਦੀ ਆ, ਜਿਹੜੀ ਕਿਹੜਾ ਖੁਰਜੇ ਮੁੜ ਕੇ ਬਣਦੀ, ਮੈਂ ਤਾਂ ਐਂ ਕਹਿੰਦਾ ਵੀ ਪਹਿਲਾਂ ਹੀ ਬਥੇਰਾ ਕੁਛ ਗਵਾਈ ਬੈਠੇ ਆ। ਹਾਂ ਬਸ ਮੈਂ ਤੈਨੂੰ ਆਹੀ ਕਹਿੰਦਾ ਸੀਗਾ ਵੀ ਮਾੜਾ ਜਿਹਾ ਪੈਸੇ ਵਾਲ ਨੂੰ ਕਹਿ ਕੇ ਰੱਖੀ, ਠੀਕ ਹੈ, ਹੱਲ ਕਰਕੇ ਰੱਖੀ, ਜਦੋਂ ਮੰਨ ਲਾ ਵੀ ਲੋੜ ਪਈ ਮੈਂ ਆਊਂਗਾ ਤੇਰੇ ਕੋਲ ਪੈਸੇ ਫੜ ਕੇ ਲੈ ਜਾਊਂਗਾ, ਚੰਗਾ, ਨਹੀਂ ਫਿਰ ਮੇਰੇ ਅਕਾਊਂਟ 'ਚ ਹੀ ਪਾ ਦੀ ਤੂੰ। ਹਾਂ ਮੈਂ ਪੁੱਛਦਾ ਸੀ ਤੈਨੂੰ ਵੀ ਤੂੰ ਮੈਨੂੰ ਅਕਾਊਂਟ ਭੇਜ ਦੀ ਆ ਉਹਦਾ, ਹਾਂ ਠੀਕ ਆ, ਤੇ ਮੈਂ ਬਾਣੀਆਂ ਨੂੰ ਸਿੱਧਾ ਕਹਿ ਦੂੰਗਾ, ਨਾਲੇ ਉਹਦਾ ਐਂ ਹੁੰਦਾ ਨਾ ਇੱਕ ਸਬੂਤ ਰਹਿ ਜਾਂਦਾ ਯਾਰ, ਬਾਣੀਆਂ ਦੇ ਹੱਥ ਦੀ ਕਲਮ ਹੁੰਦੀ ਆ, ਕਿਤੇ ਕਿਤੇ ਸਬੂਤ ਹੋਣਾ ਆਪਣੇ ਕੋਲ ਵੀ ਇੰਨੇ ਪੈਸੇ ਆਏ ਆ। ਹਾਂ, ਬਸ ਫਿਰ ਤੂੰ ਐਂ ਕਰੀ ਖੜ ਜੀ, ਫਿਰ 4-5 ਦਿਨ ਖੜ ਜੀ, ਮੈਂ ਨਾ ਮਨਿੰਦਰ ਦਾ ਖਾਤਾ ਜਿਹਾ ਖੁਲਾਉਂਦਾ ਸੀ ਬੈਂਕ 'ਚ, ਕਿਉਂਕਿ ਫਿਰ ਇਹਦੇ ਖਾਤੇ 'ਚ ਜਾਣਗੇ ਹੁਣ ਪੈਸੇ ਸਾਰੇ, ਅਤੇ ਫਿਰ ਵੀ ਆਪਾਂ ਇਹਦੇ ਖਾਤੇ 'ਚ ਸਿੱਧੇ ਜਮ੍ਹਾਂ ਕਰਾ ਦਾਂਗੇ। ਉਹ ਕਹਿੰਦੇ ਆ ਨਾ, ਕਹਿੰਦੇ ਦਿਖਾਉਣੇ ਪੈਂਦੇ ਹੁੰਦੇ ਆ ਪੁਰਾਣੇ। ਅੱਛਾ, ਹਾਂ ਉਹ ਹੁਣ ਦੇਖਦੇ ਹਾਂ ਕੀ ਬਣਦਾ। ਅੱਬਲ ਮੈਂ ਤਾਂ ਐਂ ਕਹਿੰਦੇ ਸੀ, ਕਹਿੰਦੇ ਸੀ ਆਪਦੇ ਕੋਲੋਂ ਹੀ ਪੈਸੇ ਪੂਸੇ ਲੈ ਲੈਂਦੇ ਹੁੰਦੇ ਆ ਉਹ।
हाँ जे उन्होंने मान लो आप 10 लाख दिखाना तो वह ले लेंगे 40-50 हज़ार रुपया अपने को, बस उस बाद आप कढ़ा लेंगे वो, ऐ जी कुछ होंगे सिस्टम उन्होंने। ਚੱਲ ਜਿਵੇਂ ਵੀ ਤੈਨੂੰ ਜਿੰਨੀ ਲੋੜ ਹੋਈ ਆ ਤੂੰ ਮੈਨੂੰ ਦੱਸ ਦੀ, ਮੈਂ ਬਣ ਗਿਆ ਅੱਜ ਫੋਨ ਤੇ ਗੱਲ ਕਰ ਲੈਣਾ ਵੀ ਸਾਨੂੰ ਲੋੜ ਕਦੋਂ ਵੀ ਪੈਸਾ ਦੀ ਆਈ ਜਦੋਂ ਮੈਂ ਕਹਿਤਾ ਉਦੋਂ ਸਾਨੂੰ ਪੈਸੇ ਪਾ ਦਿਓ, ਠੀਕ ਆ? ਹਾਂ ਬਸ ਠੀਕ ਹੈ, ਮੈਂ ਵੀ ਪਤਾ ਕੀ ਹੈ ਮੈਂ ਕਿਸੇ ਕੋਲ ਇੱਧਰ ਗੱਲ ਤਾਂ ਨਹੀਂ ਕਰੀ ਯਾਰ, ਠੀਕ ਆ ਵੀ ਬਾਹਰ ਦੀ ਗੱਲ ਆ ਯਾਰ, ਲੋਕ ਪਤਾ ਕੀ ਚੁੱਪ ਚਪੀਤੇ ਕਰਦੇ ਆ ਕੰਮ, ਜੇ ਆਪਾਂ ਢੰਡੋਰਾ ਵੀ ਟਾਂਗੇ ਕੰਮ ਤੈਨੂੰ ਪਤਾ ਲੋਕਾਂ ਦੀ ਹਾਇ ਲੱਗੀ ਬਹਿ ਜਾਂਦੀ ਹੁੰਦੀ ਹੈ ਬਾਅਦ 'ਚ। ਓਏ ਉਹੀ ਤਾਂ ਗੱਲ ਆ ਯਾਰ, ਰੌਲਾ ਪਾਉਣ ਨੂੰ ਬਾਕੀ ਲੈ ਵੀ ਐਂ ਹੁੰਦਾ, ਰੌਲਾ ਤਾਂ ਆਪਾਂ ਉਹ ਬੰਦੇ ਕੋਲੇ ਟਾਂਗੇ ਜਿਹੜਾ ਕੋਈ ਆਪਣੀ ਮਦਦ ਕਰਦੇ ਯਾਰ, ਹਾਂ ਹਰੇਕ ਅਗਲਾ ਜੜਾਂ ਨੂੰ ਬਹੁਤਾ, ਕੋਈ ਨਹੀਂ ਬਈ ਸਾਥ ਦਿੰਦਾ। ਸਹੀ ਗੱਲ ਆ, ਅਬਲ ਉਹ ਤਾਂ ਹੁਣੀ ਹੁਣੀ ਕਰੀ ਜਾਂਦੇ ਆ ਲੋਕ ਤਾਂ ਯਾਰ, ਹੈ ਨਾ ਵੀ ਦੇਖ ਲੈ ਇਹਨੂੰ ਬਾਹਰਲੀ ਕੁੜੀ ਮਿਲ ਗਈ, ਇਹਨੇ ਬਾਹਰ ਜਾਣਾ ਹੈ ਨਾ, ਪਤਾ ਨਹੀਂ ਕਿਵੇਂ ਪਹਿਲਾਂ ਹੁੰਦਾ 100 ਗੱਲਾਂ ਤੈਨੂੰ ਪਤਾ ਕਰਦੇ ਆ ਵੀ ਆਪਾਂ ਉਹੀ ਸਿਰ ਤਾਂ ਸਿਰ ਦਰਦ ਨਹੀਂ ਲਈਦਾ ਯਾਰ ਉਹਨਾਂ ਗੱਲਾਂ ਦਾ, ਆਪਾਂ ਕਹਿੰਦੇ ਛੱਡ ਪਰੇ, ਜਿਵੇਂ ਕਹਿੰਦੇ ਆ ਕਹਿੰਦੇ ਨੇ ਨੀਤ ਤਰ੍ਹਾਂ ਮੁਰਾਦਾਂ ਹੁੰਦੀਆਂ ਨੇ। ਬਸ ਬਸ ਹਾਂ ਆਪਾਂ ਹਾਂ ਉਹੀ ਗੱਲ ਆ ਸਾਰਾ, ਲੋਕਾਂ ਨੂੰ ਤਾਂ ਐਂ ਸੀ ਪਹਿਲਾਂ ਵੀ ਰਿਸ਼ਤਾ ਵੀ ਨਹੀਂ ਹੁੰਦਾ ਵੀ ਪਤਾ ਨਹੀਂ ਕਿਵੇਂ ਇਹਨਾਂ ਨੇ ਚੁੱਪ ਚਪੀਤੇ ਵਿਆਹ ਕਰ ਲਿਆ, ਹਾਂ ਹੁਣ ਬਾਹਰ ਦਾ ਕਰੀ ਜਾਂਦੇ 100 ਗੱਲਾਂ ਕਰਨਗੇ ਯਾਰ, ਮੈਂ ਉਹੀ ਤਾਂ ਕਹਿਣਾ ਵੀ ਕੋਈ ਗੱਲ ਨਹੀਂ, ਆਪਣੇ ਆਪਣੇ ਬਾਪੂ ਵਰਗਿਆਂ ਤੋਂ ਬਣੀ ਦੀ ਆੜਤੀਆਂ ਆਪਾਂ ਨੂੰ ਜਵਾਬ ਨਹੀਂ ਦਿੰਦੇ। ਬਸ ਬਸ ਠੀਕ ਆ ਬਾ, ਮੈਂ ਤੈਨੂੰ ਆਹੀ ਫੋਨ ਲਾਇਆ ਸੀ, ਮੈਂ ਕਿਹਾ ਮੜੇ ਭੂਆ ਨੂੰ ਦੱਸ ਦੀ, ਚੰਗਾ ਮੈਂ ਭੂਆ ਨੂੰ ਫੋਨ ਨਹੀਂ ਲੱਗਿਆ ਹਾਂ ਯਾਰ, ਕੋਈ ਨਹੀਂ ਉਹ ਮੈਂ ਕਰ ਲੂੰਗਾ ਗੱਲ ਬੇਬੇ ਨਾਲ ਤਾਂ। ਹਾਂ ਦੱਸ ਦੀ ਕਿਆ ਫਾਇਲ ਲੱਗ ਗਈ ਕਿਆ, ਬਸ 10-15 ਦਿਨਾਂ ਤੱਕ ਖੁਸ਼ਖਬਰੀ ਲੈ ਕੇ ਆਵਾਂਗੇ ਤੁਹਾਡੇ ਕੋਲੇ। ਠੀਕ ਆ ਚਲੋ, ਤਾਂ ਵਧੀਆ ਹੋਇਆ ਯਾਰ, ਹਾਂ ਠੀਕ ਆ ਚੱਲ ਠੀਕ ਆ, ਹੋਰ ਚੰਗਾ ਦਿੱਤਾ ਸਾਰਾ ਠੀਕ ਹੈ, ਤੂੰ ਗਿਆ ਤਾਂ ਨਹੀਂ ਹਜੇ, ਜਾਏਗਾ ਪਿੰਡ ਉੱਥੇ ਨਾ ਕਾਲਜ? ਮੈਂ ਜਾਊਂਗਾ 1-2 ਦਿਨਾਂ ਤੱਕ ਯਾਰ, ਮੇਰਾ ਵੀ ਐਂਟੀ ਜੀ ਜਾਂ ਨਹੀਂ ਕਰਦਾ ਜਾਣ ਨੂੰ, ਗੱਲ ਕਰੋ ਆਹੀ ਸਾਲ ਜਾ ਰਹਿ ਗਿਆ ਮੇਰਾ ਵੀ। ਮੈਂ ਤੈਨੂੰ ਐਂ ਕਹਿੰਦਾ ਸੀ ਫਿਰ ਆਏਗਾ, ਤੂੰ ਕਹਿੰਦਾ ਰਹਿ 10 ਦਿਨ ਇੱਥੇ, ਹੈ ਜਾਣਾ ਆਉਣਾ ਪਿਆ ਕਰੂਗਾ, ਕੱਪੜਾ ਲੀੜਾ ਵੀ ਲੈਣਾ ਪਊਗਾ ਤੇਰੀ ਭਰਜਾਈ ਦਾ। ਹਾਂ ਐਂ ਤਾਂ ਹੈਗਾ ਖੈਰ, ਚਲ ਹਾਂ ਕੋਈ ਨਹੀਂ, ਬਾਕੀ ਮੈਂ ਦੇਖਦਾ ਕਰਦਾ ਬੇਬੇ ਨਾਲ ਰਹਿ, ਹੁਣ ਹਾਂ ਕਿਹੜਾ ਕੋਈ ਆਇਆ ਕਿਹੜਾ, ਆਹ ਸਮੈਸਟਰ ਦੇ ਪੇਪਰ ਹੋ ਗਏ ਸੀ। ਬਸ ਠੀਕ ਆ ਚਲ ਠੀਕ ਆ ਫਿਰ, ਚੰਗਾ ਚੱਲ ਠੀਕ ਆ, ਚੰਗਾ ਚੰਗਾ ਚੱਲ ਕਰੀ ਹਾਲ, ਚੰਗਾ ਚੰਗਾ ਦਿਨ, ਚੱਲ ਬਸ ਠੀਕ ਆ, ਆਹੀ ਟੈਨਸ਼ਨ ਸੀ, ਵੱਡੀ ਟੈਨਸ਼ਨ ਸੀ, ਆਹ ਬਸ ਨਿਬੜ ਗਈ, ਨਹੀਂ ਨਹੀਂ ਕੋਈ ਨਹੀਂ, ਸਾਫਾ ਨਾ ਮੰਨੇ ਜਰ, ਠੀਕ ਆ ਚੰਗਾ ਚੱਲ, ਆ ਤਾਂ ਵਧੀਆ ਹੋ ਗਿਆ ਯਾਰ, ਚਾਹ ਪੀਂਦੇ ਆ ਹੁਣ, ਮਨਿੰਦਰ ਲਿਆ ਚਾਹ, ਮੈਂ ਤੈਨੂੰ ਇਹ ਕਹਿੰਦੀ ਸੀ ਹਰਪ੍ਰੀਤ, ਹਾਂਜੀ ਮੰਮੀ, ਦਵਾਈ ਲਿਆ ਹੋਰ, ਚੱਲ ਆਪਣੇ ਪਿੰਡ ਵਾਲੇ ਡਾਕਟਰ ਤੋਂ ਲਿਆਉਣਗਾ, ਨਹੀਂ ਨਹੀਂ ਮੰਮੀ ਦਵਾਈ ਦੀ ਲੋੜ ਨਹੀਂ ਹੈਗੀ, ਠੀਕ ਹੈ ਮੈਂ ਐਂ ਕਹਿ ਕੇ ਕਿਹਨੇ ਕੰਮ ਵਧਾ ਲੇਂਗੀ, ਤੈਨੂੰ ਪਤਾ ਟਾਈਫਾਇਡ ਹੁਣ ਸਾਰੇ ਨਹੀਂ ਹੋਇਆ ਪਿਆ, ਨਹੀਂ ਭਾਬੀ ਮੈਂ ਦਵਾਈ ਲੈ ਕੇ ਆਈ ਹਾਂ ਨਾਲ ਬੈਗ 'ਚ ਪਈ ਆ। ਅੱਛਾ ਉਹ ਬੈਗ 'ਚ ਰੱਖੀ, ਚੰਗਾ ਬੈਗ 'ਚੋਂ ਕੱਢੀ ਨਾ, ਮੈਂ ਉੱਥੋਂ ਲੈ ਕੇ ਆਈ ਸੀਗੀ। ਲੈ ਕਿਹੜੇ ਵੇਲੇ ਦੀ ਤੂੰ ਆਈ ਆ ਹੁਣ, ਤੇ ਹੁਣ ਦੁਬਾਰੇ ਖੁਰਾਕ ਲੈ ਲਾ, ਕਿ ਤੈਨੂੰ ਮਾੜਾ ਮੋਟਾ ਫਰਕ ਪੈ ਜੇ, ਕੋਈ ਫਰਕ ਫੋਂ ਫੋਂ ਕਰੀ ਜਾਂਦੀ ਨਹੀਂ ਹੈਗਾ ਮੰਮੀ। ਨਹੀਂ ਭਾਬੀ ਫਰਕ ਆ, ਪਹਿਲਾਂ ਤਾਂ ਆਵਾਜ਼ ਹੀ ਨਹੀਂ ਨਿਕਲਦੀ ਸੀਗੀ ਮੇਰੀ। ਚੱਲ ਦੇਖ ਲਾ ਤੂੰ ਐਂ ਕਰ, ਅੱਜ ਦਾ ਦਿਨ ਹੋਰ ਦੇਖ ਲੈ, ਜੇ ਨਾ ਬੁਖਾਰ ਉਤਰੇ ਨਾ ਫਿਰ ਬਠਿੰਡੇ ਜਾ ਕੇ ਦਿਖਾਏ, ਫੇਰ ਲੈ ਆਉਂਗੀ ਹਨਾ। ਹਾਂ ਫਿਰ ਨਾਲ ਟੈਸਟ ਕਰਾ ਲਾਂਗੇ, ਤੇ ਹੋਰ ਮੁੜ ਕੇ ਐਵੇਂ ਕੰਮ ਵੱਧ ਗਿਆ ਫੇਰ ਔਖੇ ਹੋਵਾਂਗੇ। ਉਹੀ ਤਾਂ ਗੱਲ ਹੈ ਮੰਮੀ, ਮੈਂ ਪੁੱਛਦੀ ਸੀ ਕੀ ਬਣਿਆ, ਪੈਸਿਆਂ ਦਾ ਹੱਲ ਹੋਇਆ ਕੋਈ? ਪੈਸਿਆਂ ਦਾ ਹੋ ਜਾਊਗਾ ਪਤਾ ਹੱਲ, ਕੋਈ ਗੱਲ ਨਹੀਂ, ਲਾਡੀ ਮੇਲਾ ਦਾ ਗੱਲ ਕਰੀ ਜਾਂਦਾ ਸੀਗਾ ਕਾਲੇ ਨਾਲ ਫੋਨ ਤੇ। ਅੱਛਾ ਹਾਂ, ਬਾਕੀ ਤੂੰ ਕਿਉਂ ਫਿਕਰ ਕਰਦੀਆਂ, ਅਸੀਂ ਆਪੇ ਹੈਗੇ ਕਰਨ ਵਾਲੇ, ਕਰ ਲਾਂਗੇ ਹੱਲ। ਫਿਕਰ ਤਾਂ ਹੋ ਹੀ ਜਾਂਦਾ, ਫਿਰ ਵੀ ਇੰਨੇ ਪੈਸਿਆਂ ਦਾ ਇੰਤਜ਼ਾਮ ਇੱਕੋਦਮ ਕਰਨਾ ਤਾਂ ਔਖਾ ਹੀ ਹੁੰਦਾ ਨਾ। ਕੋਈ ਨਾ ਭਾਬੀ ਤੂੰ ਐਵੇਂ ਟੈਨਸ਼ਨ ਨਾ ਲੈ, ਵੀਰ ਆਪ ਹੀ ਕਰ ਲੂਗਾ। ਚਲੋ ਉਹ ਤਾਂ ਕਰ ਲੈਣਗੇ, ਪਰ ਉਹਨਾਂ ਨੂੰ ਫਿਕਰ ਕਿੰਨੀ ਟੈਨਸ਼ਨ ਹੈ ਇਸ ਗੱਲ ਦੀ? ਐਂ ਤਾਂ ਫਿਰ ਹੁੰਦੀ ਹੈਗੀ ਹੁਣ, ਜੇ ਟੈਨਸ਼ਨ ਨਾ ਹੋਊਗਾ ਤਾਂ ਫਿਰ ਉਹ ਕੰਮ ਕਿੱਥੋਂ ਕਰੂਗਾ, ਹੁਣ ਇਹਦੇ ਦਿਮਾਗ 'ਤੇ ਬੋਝ ਆ, ਉਹਨੂੰ ਪਤਾ ਵੀ ਮੈਂ ਹੱਲ ਕਰਨੇ ਆ ਤਾਂ ਉਹ ਕਰਕੇ ਹਟੂਗਾ ਫਿਰ ਹੁਣ। ਚਲ ਦੇ ਨਾਲੇ ਬਾਕੀ ਹੋਏਗਾ, ਕਾਲਾ ਕਿਹੜਾ ਉਹਨੂੰ ਜਵਾਬ ਦਿੰਦਾ ਗਾ, ਹੈਂ ਜਿੰਨੇ ਕੁ ਜੋਗਾ ਹੋਇਆ ਵਿਚਾਰਾ ਕਰੂਗਾ ਹੀ ਉਹਦਾ। ਨਹੀਂ ਉਹਦਾ ਦਿਲ ਤਾਂ ਵਧੀਆ ਵਿਚਾਰੇ ਦੇ ਵੀਰੇ ਦਾ, ਤਾਂ ਹੀ ਤਾਂ ਵੇਖ ਲਾ ਬਿਨਾਂ ਕੁਛ ਸੋਚੇ ਸਮਝੇ ਆਪਦਾ ਘਰ ਵੀਰੇ ਦੇ ਨਾਮ ਲਵਾਤਾ। ਉਹੀ ਤਾਂ ਗੱਲ ਹੈ, ਚੱਲ ਕੋਈ ਨਹੀਂ, ਐਵੇਂ ਫਿਕਰ ਨਾ ਕਰੋ, ਹੋ ਜਾਣਾ ਸਾਰਾ ਹੱਲ, ਟੈਨਸ਼ਨ ਨਾ ਲਓ ਐਵੇਂ। ਨਹੀਂ ਭਾਬੀ ਮੈਨੂੰ ਐਂ ਦੱਸ, ਕੋਈ ਕੰਮ ਰਹਿੰਦਾ ਤਾਂ ਮੈਂ ਕਰਵਾ ਦਾਨੀ ਆ ਤੇਰੇ ਨਾਲ ਸਾਫ ਸਫਾਈਆਂ ਜੀ। ਲੈ ਦੇਖ ਲਾ ਮੰਜੇ ਤੇ ਪਈ ਆ ਤੇ ਕਰ ਨੂੰ ਸਾਫ ਸਫਾਈਆਂ ਫਿਰਦੀ ਆ, ਕੋਈ ਗੱਲ ਨਹੀਂ ਮੈਂ ਆਪੇ ਕਰ ਲੂੰਗੀ ਜੇ ਹੋਊਗਾ ਵੀ, ਵੈਸੇ ਤਾਂ ਮੈਂ ਕਰਤਾ ਸੀਗਾ ਝਾੜੂ ਪੂੰਜੀ ਸਾਰੇ ਘਰ ਦੀ, ਬਾਕੀ ਵੇਖ ਲਾਂਗੇ। ਭਾਬੀ ਮੈਂ ਕੰਮ ਹੀ ਕਰਾਉਣ ਆਈ ਆ ਤੇਰੇ ਨਾਲ, ਮੈਨੂੰ ਐਸੀ ਇਕੱਲੀ ਲੱਗੀ ਰਹੇਗੀ। ਉਹ ਕੋਈ ਗੱਲ ਨਹੀਂ, ਹੁਣ ਤਾਂ ਮੈਂ ਜਦੋਂ ਇਕੱਲੀ ਸੀ ਉਹ ਤਾਂ ਤੂੰ ਆਈ ਨਾ। ਹਾਂ ਐਡੀ ਹੱਟੀ ਕੱਟੀ ਤੂੰ ਆਪ ਕਰ ਲੈਂਦੀ ਆ। ਮੈਂ ਕਰ ਲੈਣੀ, ਮੈਂ ਤਾਂ ਹੁਣ ਗਈ ਹੋਈ ਸੀਗੀ ਉਦੋਂ ਆਉਣਾ ਸੀ ਮਗਰ ਉਹਦੇ ਕੋਲੇ। ਮੈਂ ਤਾਂ ਹੀ ਆਈ ਸੀ, ਮੈਂ ਆ ਕੇ ਵੇਖਿਆ ਤਾਂ ਤੁਸੀਂ ਅੱਗੇ ਆ ਗਏ, ਤੇ ਫਿਰ ਮੈਂ ਤਾਂ ਆਉਣਾ ਸੀ, ਮੈਨੂੰ ਪਤਾ ਮੇਰੇ ਘਰ ਦਾ, ਤੂੰ ਤਾਂ ਉੱਥੇ ਬੈਠੀ ਆ, ਤੈਨੂੰ ਤਾਂ ਸਰ ਜਾਂਦਾ ਭਾਈ। ਕੋਈ ਗੱਲ ਨਹੀਂ, ਨਹੀਂ ਕੰਮ ਦੀ ਨਾ ਤੂੰ ਫਿਕਰ ਕਰਿਆ ਕਰ, ਤਾਂ ਬਹਿ ਕੇ ਹੁਕਮ ਮਾਰ ਦੇ ਕਰਕੇ ਵੀ ਆਹ ਚਾਹੀਦਾ ਆਹ ਚਾਹੀਦਾ, ਕੋਈ ਗੱਲ ਮੈਂ ਆਪੇ ਬਣਾ ਕੇ ਦਿਆ ਕਰਾਂਗੀ ਤੈਨੂੰ। ਮੈਂ ਇੰਨੀ ਕੋਈ ਬਿਮਾਰੀ ਨਹੀਂ, ਮੈਂ ਗੋਲ ਦੀ ਕੁਛ ਨਹੀਂ ਹੁੰਦਾ, ਕੋਈ ਨਾ ਮੈਨੂੰ ਦੱਸ ਤੇ ਆਪਾਂ ਕੰਮ ਕਰ ਲਾਂਗੇ। ਨਹੀਂ ਨਹੀਂ ਰਹਿਣ ਦੇ ਰਹਿਣ ਦੇ, ਕੋਈ ਕੰਮ ਨਹੀਂ ਹੈਗਾ, ਸਾਰੇ ਕੰਮ ਮੇਰੇ ਕੀਤੇ ਹੋਏ ਆ, ਤੂੰ ਬਸ ਆਪਦੀ ਸਿਹਤ ਦਾ ਧਿਆਨ ਰੱਖ, ਜ਼ਿਆਦਾ ਬਿਮਾਰ ਹੋ ਕੇ ਬਹਿ ਜੀ। ਧਿਆਨ ਤਾਂ ਮੈਂ ਰੱਖੀਏ ਨੇ।
ਸੱਚ ਭੂਆ ਨੂੰ ਤਾਂ ਫੋਨ ਕਰ ਲੈਂਦੀ ਭੂਆ ਕਿਤੇ ਐ ਨਾ ਸੋਚੇ ਮੈਨੂੰ ਫੋਨ ਹੀ ਨਹੀਂ ਕੀਤਾ ਜਾ ਕੇ ਉਹ ਬਸ ਭਾਬੀ ਟਾਈਮ ਚ ਨਹੀਂ ਲੱਗਿਆ ਕੋਈ ਨਾ ਭੂਆ ਨਾਲ ਮੈਂ ਹੁਣ ਗੱਲ ਕਰ ਲਈ ਬਾਲੇ ਬੀਜੀ ਸੀ ਆ ਕੇ ਬਾਲੇ ਕੰਮ ਕਰਨੇ ਪੈ ਗਏ ਤਾਂ ਇਹਦਾ ਟਾਈਮ ਨਹੀਂ ਲੱਗਿਆ ਮੰਮੀ ਫਿਰ ਤੁਸੀਂ ਕਰ ਲੈਂਦੇ ਭੂਆ ਨਾਲ ਗੱਲ ਆਪ ਤਾਂ ਤੁਸੀਂ ਕਿਸੇ ਨੂੰ ਨਹੀਂ ਕਰਦੇ ਫੋਨ ਲੈ ਹੁਣ ਮੇਰੀ ਤਾਂ ਗੱਲ ਰੋਜ਼ ਹੀ ਹੁੰਦੀ ਉਹਦੇ ਨਾਲ ਤੈਨੂੰ ਕੀ ਪਤਾ ਸੀ ਕਦੋਂ ਗੱਲ ਕਰਦੀਆਂ ਆ ਆਹੋ ਮੈਨੂੰ ਤਾਂ ਕਰਦੇ ਨਹੀਂਗੇ ਫੋਨ ਤੂੰ ਤਾਂ ਸਾਰੀ ਦਿਹਾੜੀ ਕਦੇ ਕਾਲਜ ਕਦੇ ਟਿਊਸ਼ਨਾਂ ਤੇ ਕਦੇ ਕਾਲਜ ਆਹੀ ਕੁਛ ਆ ਤੇਰੇ ਕੋਲ ਤਾਂ ਕੋਈ ਨਾ ਮੈਂ ਭੂਆ ਨਾਲ ਗੱਲ ਕਰ ਲੈਣੀ ਆ ਚੱਲ ਚੰਗਾ ਦਵਾਈ ਲੈ ਲੈ ਜਾ ਕੇ ਪੈ ਜਾ ਹੁਣ ਹਾਂ ਨਾਲ ਮੈਂ ਦਵਾਈ ਲੈਣੀ ਆ ਤੇ ਨਾਲ ਮੈਂ ਗੱਲ ਕਰ ਲੂੰਗੀ ਭੂਆ ਨਾਲ ਹਾਂ ਨਾਲ ਘੰਟਾ ਕਹਿੰਦਾ ਸੌਂ ਜੀ ਠੀਕ ਹੈ ਭਾਬੀ ਫੋਨ ਤੇ ਨਾ ਲੱਗੀ ਰਹੀ ਨਹੀਂ ਨਹੀਂ ਭਾਬੀ ਫੋਨ ਤਾਂ ਨਹੀਂ ਮੈਂ ਚਲਾਉਂਦੀ ਦਵਾਈ ਲੈ ਕੇ ਪੈ ਜਾ ਕੋਈ ਮਾੜਾ ਮੋਟਾ ਫਰਕ ਪੈ ਜੇ ਚੰਗਾ ਮੰਮੀ